ਇੱਕ ਕੋਈ ਅੰਮ੍ਰਿਤਸਰ ਤੋਂ ਸੂਰੀ ਹੁੰਦਾ ਸੀਗਾ, ਕਹਿੰਦਾ 2% ਬੰਦੇ ਰਗੜਦੇ ਹੋ ਸਿੱਖ ਜਿਹੜੇ ਆ, ਤੇ ਹੁਣ ਇਹਨੂੰ ਪੁੱਛੇ ਸਾਲੇ ਨੂੰ ਵੀ 2% ਜਿਹੜੇ ਸ਼ਹੀਦ ਹੋਣ ਮੋਹਰੇ ਕਰ ਦਿੱਤੇ ਆ, ਹੁਣ 80% ਤੁਹਾਡੇ ਆਪਣੇ ਬੰਦੇ ਕਿੱਥੇ? ਉਹ ਬੰਦਾ ਹਥਿਆਰ ਹੀ ਬਹੁਤ ਜ਼ਬਰਦਸਤ ਨੇ, ਤੁਹਾਨੂੰ ਪਤਾ ਹੀ ਆ। ਮੇਰੇ ਇਹ ਨਾ ਕਹੋ ਵੀ ਚੈਨਾ ਦੀ ਲੱਗਾ ਸਪੋਰਟ ਕਰਨ, ਤੁਹਾਨੂੰ ਆਪਣੇ ਘਰ ਦੇ ਭਾਂਡੇ ਆਪ ਹੀ ਭੰਨੀ ਜਾਂਦਾ। ਤੇ ਜਦੋਂ ਭਾਈ ਸਾਹਿਬ ਹੀ ਦਿਸਦਾ ਆ ਮੇਰੇ ਘਰ ਦੇ ਵਿੱਚ ਏਕਤਾ ਹੈ ਨਹੀਂ ਗਾ, ਤੇ ਇਹ ਚ ਭਾਂਡੇ ਭੰਨਣਾ ਵਾਲੀ ਕਿਹੜੀ ਗੱਲ ਜੇ ਤੁਹਾਡੇ ਕੋਲ ਅਸਲ ਹੀ ਪੂਰਾ ਹੈ ਨਹੀਂ ਗਾ। ਸਤਿ ਸ੍ਰੀ ਅਕਾਲ, ਨਮਸਕਾਰ, ਮੈਂ ਪਰਮੇਸ਼ ਸ਼ੋਕਾ ਟੈਕਨੋਲੋਜੀ ਮੈਨ ਜਰਮਨੀ ਤੋਂ ਪੂਰੇ ਵਰਲਡ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਤੇ ਪਿਛਲੇ ਹਫਤੇ ਦੇ ਵਿੱਚ ਮੰਦਭਾਗੀ ਜਿਹੜੀ ਆ ਨਿਊਜ਼ ਆਈ ਸੀਗੀ ਵੀ ਚੈਨਾ ਨੇ ਸਾਡੇ 20 ਜਵਾਨ ਆਰਮੀ ਦੇ ਸ਼ਹੀਦ ਕਰ ਦਿੱਤੇ ਆ, ਤੇ ਉੱਥੇ ਬਾਰਡਰ ਦੇ ਉੱਤੇ ਕਾਫੀ ਜਾਣੀ ਕਿ ਲੜਾਈ ਹੋ ਰਹੀ ਹੈ। ਤੇ ਚਲੋ, ਚੈਨਾ ਸਟਰੋਂਗ ਹੈ ਸਾਡੇ ਨਾਲੋਂ, ਤੇ ਉਹ ਮਾੜੇ ਆ ਕੰਟਰੀਆਂ ਉੱਤੇ ਦਬਾਅ ਪਾ ਰਿਹਾ ਆ। ਤੇ ਪਹਿਲਾਂ ਇੱਧਰ ਤਿੱਬਤ ਭੂਟਾਨ ਆਹ ਏਰੀਆ ਜਿੰਨਾ ਵੀ ਸਾਰਾ ਇਹਨੇ ਦੱਬਿਆ ਸੀਗਾ, ਨੇਪਾਲ ਦਾ ਏਰੀਆ ਵੀ ਦੱਬਿਆ ਆ, ਤੇ ਇਹਨਾਂ ਦਾ ਕੰਮ ਹੀ ਆ ਬਦਮਾਸ਼ੀ ਕਰਦਾ ਆ। ਤੇ ਬਾਕੀ ਆ ਚੈਨਾ ਦਾ ਸਮਾਨ ਭੰਨਣ ਲੱਗੇ ਵਾ, ਤੋੜਨ ਲੱਗੇ ਵਾ ਬੰਦੇ, ਤੇ ਇਹਦੇ ਨਾਲ ਤਾਂ ਕਹਾਣੀ ਬਣਨੀ ਕੋਈ ਨੀ ਗੀ, ਜੋ ਤੁਸੀਂ ਕਰ ਰਹੇ ਅੱਗਾਂ ਲਾ ਰਹੇ ਆ। ਤੇ ਬਾਕੀ ਇੱਕ ਕੋਈ ਅੰਮ੍ਰਿਤਸਰ ਤੋਂ ਸੂਰੀ ਹੁੰਦਾ ਸੀਗਾ, ਕਹਿੰਦਾ 2% ਬੰਦੇ ਰਗੜਦੇ ਹੋ ਸਿੱਖ ਜਿਹੜੇ ਆ, ਤੇ ਹੁਣ ਇਹਨੂੰ ਪੁੱਛੇ ਸਾਲੇ ਨੂੰ ਵੀ 2% ਜਿਹੜੇ ਸ਼ਹੀਦ ਹੋਣ ਮੋਹਰੇ ਕਰ ਦਿੱਤੇ ਆ, ਹੁਣ 80% ਤੁਹਾਡੇ ਆਪਣੇ ਬੰਦੇ ਕਿੱਥੇ? 2% ਬੰਦੇ ਲੜਾਈਆਂ ਨੂੰ ਮੋਹਰੇ ਕਰ ਦਿਆ ਕਰੋ। ਤੇ ਇੱਕ ਆ ਜਿਹੜੇ ਸਿੰਘ ਆ ਸਾਡੇ ਪੰਪ ਵਿੱਚ ਵੀ ਬਹੁਤ ਛੇਤੀ ਆ ਜਾਂਦੇ ਆ, ਹੈਂ ਅਸੀਂ ਕੁਰਬਾਨੀਆਂ ਦੇਣ ਨੂੰ ਅੱਗੇ ਹਾਂ, ਤੇ ਤੁਸੀਂ ਕੁਰਬਾਨੀਆਂ ਦੇਣੀਆਂ ਪੰਪ ਵਿੱਚ ਆਣ ਕੇ ਕੁਰਬਾਨੀਆਂ ਦੇ ਦਿਆ ਕਰੋ, ਤੇ ਦੇਸ਼ ਆਜ਼ਾਦ ਕਰਾਇਆ ਨਜ਼ਾਰੇ ਫਿਰ ਇਹ ਲਈ ਜਾਣਗੇ। ਤੇ ਤੁਸੀਂ ਕੁਰਬਾਨੀ ਦੇਣ ਦੇ ਕੰਮ ਆਉਂਦੇ ਆ, ਬੜੇ ਫਖਰ ਨਾਲ ਕਹਿ ਦਿੰਦੇ ਆ ਸਿੱਖ ਕੁਰਬਾਨੀਆਂ ਦਿੰਦੇ ਆ, ਆਹ ਕਰਦੇ ਆ, ਕੁਰਬਾਨੀ ਉਹ ਦੇਣ ਦਾ ਕਿਆ ਫਾਇਦਾ ਹੋਇਆ? ਤੇ ਤੁਸੀਂ ਠੇਕਾ ਲਿਆ ਆ ਪੂਰਿਆਂ ਸਿੱਖਾਂ ਨੇ ਕੁਰਬਾਨੀਆਂ ਦੇਣੀਆਂ, ਤੇ ਆ ਜਿਹੜੇ 2% ਕਹਿੰਦੇ ਸੀ ਇਹ ਕਿੱਥੇ ਆ? ਹੁਣ ਲੁਕਿਓ, ਬਾਹਰ ਆਓ, ਪਤਾ ਲੱਗੇ। ਜਦੋਂ ਵੀ ਪੰਪ ਦੇ ਕੇ ਕੋਈ ਵਾਜਪਾਈ ਹੋਇਆ, ਆਹ ਇੱਕ ਸਾਡੇ ਸਿੱਖਾਂ ਦੇ ਹੱਥ ਵਿੱਚ ਕੜਾ ਪਾਇਆ ਆ ਇਹ ਦਿਸਦਾ, ਤੇ ਉਹ ਫਿਰ ਜਕਾਰੇ ਛੱਡਦੇ ਆ, ਪੰਪ ਦੇ ਵਿੱਚ ਜਾਣ ਕੇ ਹਨਾ ਕੁਰਬਾਨੀਆਂ ਦੇਣੋਂ ਤਿਆਰ ਹੋ ਜਾਂਦੇ ਨੇ। ਤੇ ਇਹਨਾਂ ਨੇ ਕਿਹੜੀਆਂ ਕੁਰਬਾਨੀਆਂ ਦਿੱਤੀਆਂ? ਤੇ ਨਾਲੇ ਆਰਮੀ ਦੇ ਜਿਹੜੇ ਬੰਦੇ ਆ ਜਿੰਨੇ ਵੀ ਹੈਗੇ, ਅਸਲੀ ਗੱਦਾਰ ਤਾਂ ਬੰਦੇ ਇਹਨਾਂ ਵਿੱਚ ਬਹੁਤ ਜ਼ਿਆਦਾ ਹੈ, ਜਿਹੜੇ ਆਰਮੀ ਦੇ ਖਾਣੇ ਦੇ ਵਿੱਚ ਘਪੜਾ ਕਰ ਰਹੇ, ਉਹਨਾਂ ਦੀਆਂ ਦਾਲਾਂ, ਉਹਨਾਂ ਦਾ ਜੋ ਖਾਣ ਪੀਣ ਦਾ ਸਮਾਨ ਹੈ ਉਹ 50 ਗ੍ਰਾਮ ਕਦੇ ਘਟਾ ਦਿੱਤਾ, ਕਦੇ 20 ਗ੍ਰਾਮ ਘਟਾ ਦਿੱਤਾ, ਕਦੇ ਇੱਕ ਟਾਈਮ ਦਾ ਬ੍ਰੇਕਫਾਸਟ ਬੰਦ ਕਰ ਦਿੱਤਾ। ਤੇ ਅਸਲੀ ਗੱਦਾਰ ਦੇਸ਼ ਦੇ ਤਾਂ ਇਹਨਾਂ ਦੇ ਵਿੱਚ ਹੀ ਹੈਗੇ, ਆਰਮੀ ਦੇ ਵਿੱਚ ਬਹੁਤ ਬੰਦੇ ਆ, ਇਹਨਾਂ ਦੇ ਖਾਣੇ ਦੇ ਵਿੱਚ ਬਹੁਤ ਘਪੜੇ ਕਰਦੇ। ਆਰਮੀ ਦੇ ਖਾਣੇ ਵਿੱਚ ਘਪੜਾ ਤਾਂ ਛੱਡ ਦਿਓ ਕਰਨਾ, ਹੋਰ ਕੋਈ ਮਹਿਕਮਾ ਤੁਸੀਂ ਛੱਡਿਆ ਵੀ ਕਿਹੜਾ ਹੈ? ਇੱਕ ਆਰਮੀ ਬਚੀ ਹੋ ਆ, ਇਹਨੂੰ ਖਾਣਾ ਤਾਂ ਠੀਕ ਠਾਕ ਦਿਆ ਕਰੋ, ਇਹਨਾਂ ਦੀ ਤਨਖਾਹ ਸਹੀ ਕਰਿਆ ਕਰੋ, ਠੀਕ ਹੈ? ਇਹਨਾਂ ਦੀ ਜੋ ਲੋੜਵੰਦ ਚੀਜ਼ ਆ ਉਹ ਇਹਨਾਂ ਨੂੰ ਦਿੱਤੀ ਜਾਵੇ। ਤੇ ਆਰਮੀ ਦੇ ਸਾਡੇ ਹਰ ਜਵਾਨ ਦੇ ਕੋਲ ਟ੍ਰੇਨਿੰਗ ਹੋਣੀ ਚਾਹੀਦੀ ਹੈ, ਜਿੱਦਾਂ ਜਰਮਨੀ, ਫਰਾਂਸ, ਅਮੈਰੀਕਾ ਆ, ਇਹਨਾਂ ਕੋਲ ਜਦੋਂ 18 ਸਾਲ ਦਾ ਬੱਚਾ ਹੋ ਜਾਂਦਾ ਤੇ ਉਹਨੂੰ 6 ਮਹੀਨੇ ਲਈ ਆਰਮੀ ਜੁਆਇਨ ਕਰਨੀ ਪੈਂਦੀ ਆ, ਉਹਨਾਂ ਕੋਲ ਟ੍ਰੇਨਿੰਗ ਹੋਣੀ ਚਾਹੀਦੀ ਆ, ਬੱਚਾ ਹੋਵੇ ਜਾਂ ਬੱਚੀ ਹੋਵੇ ਕੋਈ ਵੀ ਹੋਵੇ, ਤੇ ਸਾਡੇ ਹਰ ਆਦਮੀ ਦੇ ਕੋਲ ਟ੍ਰੇਨਿੰਗ ਹੋਣੀ ਚਾਹੀਦੀ ਹੈ, ਤੇ ਤਾਂ ਅਸੀਂ ਇਹਨਾਂ ਦੇ ਨਾਲ ਲੜ ਸਕਦੇ ਹਾਂ, ਠੀਕ ਹੈ? ਤੇ ਟ੍ਰੇਨਿੰਗ ਆ ਸਾਡੇ ਕੋਲ ਹੈ ਹੀ ਕੋਈ ਨਹੀਂ ਗੀ। ਬਦਤਮੀਜ਼ੀਆਂ ਦਾ ਜੋ ਹੁਣ ਆਰਮੀ ਦੇ ਵਿੱਚ ਲੇਡੀਜ਼ ਹੈ ਉੱਪਰਲੇ ਆਫਿਸਰ ਕਰ ਰਹੇ ਨੇ, ਤੇ ਉਹ ਇੰਟੈਂਸ਼ਨ ਵਿੱਚ ਆਏ ਨੇ, ਕਹਿੰਦੇ ਲੜਨਾ ਕੀ ਹੈ ਸਾਨੂੰ, ਇਹ ਬੰਦੇ ਜਿਹੜੇ ਆਫਿਸਰ ਟੈਂਸ਼ਨ ਹੀ ਇੰਨੀ ਕੁ ਦਿੰਦੇ ਨੇ ਤੇ ਲੜੇ ਨਹੀਂ ਸਕਦੇ, ਤੇ ਸਾਲ ਸਾਲ ਉੱਥੇ ਰਹਿਣਾ ਆ, ਛੁੱਟੀ ਨਹੀਂ ਲੈਣੀ। ਜਦੋਂ ਸਾਡੇ ਬੰਦੇ ਜਾਣਗੇ, ਜਿਹੜੇ ਬੰਦੇ ਸਟੂਡੈਂਟ ਹੈ ਜਾਂ 18 ਸਾਲ ਦੇ ਆ, ਇਹ ਟ੍ਰੇਨਿੰਗ ਜਾਣਗੇ, ਉਹ ਆਰਮੀ ਵਾਲੇ ਬੰਦੇ 3 ਮਹੀਨੇ ਬਾਅਦ 4 ਮਹੀਨੇ ਬਾਅਦ ਘਰ ਆ ਜਾਣਗੇ, ਆਪਣੇ ਛੁੱਟੀ, ਉਹਨਾਂ ਦੇ ਵੀ ਨਿਆਣੇ ਆ ਨਾ, ਉਹ ਵੀ ਆਪਣੇ ਨਿਆਣੇ ਨੂੰ ਦੇਖ ਸਕਦੇ ਆ। ਇਹ ਥੋੜਾ 2 ਸਾਲ ਬਾਅਦ ਛੁੱਟੀ ਦਿੱਤੀ ਆ, 6 ਮਹੀਨੇ ਬਾਅਦ ਛੁੱਟੀ ਦੇ ਦਿੱਤੀ ਆ, 4 ਛੁੱਟੀਆਂ ਦੇ ਦਿੱਤੀਆਂ, ਇਹ ਕੀ ਆ, ਕੰਮ ਕੀ ਆ? ਤੇ ਸਾਡੇ ਜਿੰਨੇ ਮੰਤਰੀ ਹੈ ਇਹਨਾਂ ਦੇ ਵਿੱਚ ਅਸਲੀ ਦੇਸ਼ ਦੇ ਗਦਾਰ ਇਹ ਆ ਬੰਦੇ ਹੈ, ਤੇ ਸਾਨੂੰ ਇਹਦਾ ਮੁਕਾਬਲਾ ਜਿਹੜਾ ਇਸ ਤਰ੍ਹਾਂ ਕਰਨਾ ਪੈਣਾ ਕਿ ਹਰ ਬੰਦੇ ਨੂੰ ਟ੍ਰੇਨਿੰਗ ਦਿੱਤੀ ਜਾਵੇ, ਤੇ ਸਾਡੇ ਕੋਲ ਹਥਿਆਰ ਸਹੀ ਹੋਣੇ ਚਾਹੀਦੇ। ਉਹਨਾਂ ਕੋਲ ਹਥਿਆਰ ਹੀ ਬਹੁਤ ਜ਼ਬਰਦਸਤ ਨੇ, ਤੁਹਾਨੂੰ ਪਤਾ ਹੀ ਆ। ਮੇਰੇ ਇਹ ਨਾ ਕਹੋ ਵੀ ਚੈਨਾ ਦੀ ਲੱਗਾ ਸਪੋਰਟ ਕਰਨ, ਤੁਹਾਨੂੰ ਆਪਣੇ ਘਰ ਦੇ ਭਾਂਡੇ ਆਪ ਹੀ ਭੰਨੀ ਜਾਂਦਾ, ਤੇ ਜਦੋਂ ਭਾਈ ਸਾਹਿਬ ਜੀ ਦਿਸਦਾ ਆ ਮੇਰੇ ਘਰ ਦੇ ਵਿੱਚ ਏਕਤਾ ਹੈ ਨਹੀਂ ਗਾ, ਤੇ ਇਹ ਚ ਭਾਂਡੇ ਭੰਨਣਾ ਵਾਲੀ ਕਿਹੜੀ ਗੱਲ ਜੇ ਤੁਹਾਡੇ ਕੋਲ ਅਸਲ ਹੀ ਪੂਰਾ ਹੈ ਨਹੀਂ ਗਾ। ਉਹਨਾਂ ਕੋਲ ਲੇਜ਼ਰ ਕੰਨਾਂ, ਲੇਜ਼ਰ ਟੈਕਨੀਕ ਹੈ, ਉਹਨਾਂ ਕੋਲ ਬਹੁਤ ਬਹੁਤ ਵੱਡੇ ਪ੍ਰੋਗਰਾਮ ਨੇ, ਤੇ ਭਾਈ ਸਾਹਿਬ ਜੀ ਸਾਡੇ ਕੋਲ ਹੈ ਨਹੀਂ ਗੇ, ਅਸੀਂ ਸਿਰਫ ਕਾਗਜ਼ਾਂ ਵਿੱਚ ਪ੍ਰੋਗਰਾਮ ਪੂਰੇ ਕਰਨ ਵਾਲੇ ਹਾਂ। ਜਿੱਦਾਂ ਫਰਾਂਸ ਤੋਂ ਰਫੇਲ ਜਹਾਜ਼ਾਂ ਦਾ ਸੌਦਾ ਕਰ ਲਿਆ, 2 ਸਾਲ ਹੋ ਗਏ ਡੀਲਿੰਗ ਹੋਈ ਨੂੰ, ਜਹਾਜ਼ ਤਾਂ ਆਏ ਕੋਈ ਨਹੀਂ ਤੁਹਾਡਾ, ਉਹ ਪੈਸੇ ਪੇਮੈਂਟ ਤਾਂ ਕਰ ਦਿੱਤੀ ਹੈ ਕਾਗਜ਼ਾਂ ਦੇ ਵਿੱਚ, ਤੇ ਜਹਾਜ਼ ਤਾਂ ਪਹੁੰਚੇ ਕੋਈ ਨਹੀਂ ਗੇ, ਤੇ ਉਹਨਾਂ ਜਹਾਜ਼ਾਂ ਨੇ ਮੁਕਾਬਲੇ ਕਰਨੇ,
ਪੁਰਾਣੇ ਅਸਲ ਇਹਦੇ ਮੁਕਾਬਲਾ ਜਿਹੜਾ ਇਹ ਨਹੀਂ ਕਰ ਸਕਦੇ। ਠੀਕ ਹੈ, ਆਰਮੀ ਸਟਰੋਂਗ ਹੋਣੀ ਚਾਹੀਦੀ ਹੈ, ਇਹਨਾਂ ਦੀਆਂ ਵਰਦੀਆਂ ਚੰਗੀ ਸਟਰੋਂਗ ਹੋਣੀ ਚਾਹੀਦੀ, ਵਰਦੀਆਂ ਇਹਨਾਂ ਦੇਖੋ ਕਿੱਦਾਂ ਦੀਆਂ। ਠੀਕ ਹੈ, ਤੇ ਉਹਨਾਂ ਦੀਆਂ ਵਰਦੀਆਂ ਵੀ ਦੇਖੋ ਕਿੱਦਾਂ ਦੀਆਂ। ਤੇ ਫੇਰ ਕਹਿੰਦੇ ਆਰਮੀ ਵਾਲੇ ਵਰਦੀ ਵੀ ਆਪਣੀ ਲੈਣਗੇ, ਕਿੰਨੀ ਮਹਿੰਗੀ ਆਰਮੀ ਦੀ ਵਰਦੀ ਹੁੰਦੀ ਹੈ, ਇਹਨੇ ਆਪਣੀਆਂ ਤਨਖਾਹਾਂ ਵਿੱਚੋਂ ਲੈਣ। ਇਹ ਕੀ ਕੰਮ ਫੜਿਆ ਹੈ ਆਰਮੀ ਵਾਲੇ ਵਰਦੀ? ਕਿਹੜੀ ਕੰਟਰੀ ਹੈ ਜਿਹੜੇ ਕਹਿੰਦੇ ਵੀ ਮੋਦੀ ਸਰਕਾਰ ਕਹਿੰਦੀ ਹੈ ਜੀ ਵਰਦੀ ਆਪਣੀ ਲੈਣੀ ਚਾਹੀਦੀ ਇਹਨਾਂ ਨੂੰ, ਪਿੱਛੇ ਜਿਹੇ ਨਿਊਜ਼ ਆਈ ਸੀਗੀ, ਤੇ ਉਹ ਵਰਦੀ ਲੈ ਸਕਦੇ ਨੇ। ਤੇ ਅਸਲਾ ਵੀ ਕਾਹਨੂੰ ਕਹਿ ਦੋ ਵੀ ਆਪਣਾ ਆਪਣਾ ਲਿਆਉਣਾ ਤੁਸੀਂ। ਇੱਕ ਕਰਫਲ ਲੈ ਆਉਂਦੀ ਜਿਹੜੀ 5-7 ਹਜ਼ਾਰ ਦੀ ਹੁੰਦੀ ਹੈ, ਤੇ ਮੁਕਾਬਲੇ ਕਰ ਲਿਓ ਇਹਨਾਂ ਦੇ ਨਾਲ। ਇਹ ਮੰਤਰੀ ਜਿਹੜੇ ਅਸਲੀ ਦੇਸ਼ ਦੇ ਗਦਾਰ, ਇਹਨਾਂ ਦੇ ਵਿੱਚ ਇਹ ਰਲੇ ਹੋਏ ਨੇ। ਠੀਕ ਹੈ, ਹੋਰ ਕੋਈ ਚੱਕਰ ਨਹੀਂ ਗਾ। ਫਿਰ ਮੋਦੀ ਸਾਹਿਬ ਨੇ ਚਲੋ ਕਹਿੰਦੇ ਪੈਸੇ ਨਹੀਂ ਦਿੱਤੇ ਕਰੋਨਾ ਦੀ ਵਜ੍ਹਾ ਦੇ ਉੱਤੇ, 75 ਹਜ਼ਾਰ ਕਰੋੜ ਪੰਜਾਬ ਨੂੰ ਦਿੱਤਾ ਉਹਨੇ ਮੋਦੀ ਸਾਹਿਬ ਨੇ। ਤੇ ਮੋਦੀ ਸਾਹਿਬ ਕਿਆ ਕਰੇ, ਉਹ ਤਾਂ ਪੈਸੇ ਵੰਡ ਦਿੱਤੇ ਆ, ਤੇ ਕੈਪਟਨ ਅੱਗੇ ਵੰਡ ਦਿੱਤੇ ਪੈਸੇ, ਇਹ ਚੱਕਾ ਬੜਾ ਹੋ ਗਿਆ। ਉਹ ਖਾ ਪੀ ਜਾਣੇ ਇਹਨਾਂ ਨੇ ਸਾਰੇ ਦੇ ਸਾਰੇ ਪੈਸੇ ਜਿੰਨੇ ਵੀ ਹੈਗੇ ਨੇ, ਅਕਾਊਂਟ ਵਿੱਚ ਤਾਂ ਆਉਣਾ ਹੀ ਕੋਈ ਨਹੀਂ। ਜੇ ਅਕਾਊਂਟ ਵਿੱਚ ਪਾਏ ਤਾਂ ਦਸਤਖਤ ਕਰਾ ਲਿਓ, ਉਹਦੇ ਕੋਲ ਪੂਰੇ ਪੈਸੇ ਨਾਲ ਦੇ ਦਿੱਤਾ, 500-500 ਰੁਪਇਆ ਦੇ ਦਿੱਤਾ, ਦਸਤਖਤ ਕਰਾ ਲਿਓ 5-5-7-7 ਹਜ਼ਾਰ ਦੇ ਜੀ ਇਹਨਾਂ ਨੂੰ ਮਿਲ ਗਏ ਆ। ਇਹ ਬੇਈਮਾਨੀਆਂ ਜਿੰਨੀਆਂ ਵੀ ਇਹਨਾਂ ਨੇ ਕਰਨੀਆਂ, ਹੋਰ ਕਿਹਨੇ ਕਰਨੀਆਂ? ਤੇ ਦੇਸ਼ ਤਰੱਕੀ ਕਰ ਲਊਗਾ ਵੀ ਆਰਮੀ ਵਾਲਿਆਂ ਨੂੰ ਕਹਿ ਦਿੰਦਾ ਇੱਕ ਪੈਗ ਪੀ ਲਓ ਸ਼ਾਮ ਨੂੰ ਬਿਸਕੀ ਦਾ, ਜੇ ਉਹਨੇ 2 ਪੀ ਲਏ 4 ਪੀ ਲਏ ਐਡੇ ਐਡੇ ਜਵਾਨ ਆ, ਇੱਕ ਪੈਗ ਨਾਲ ਉਹਨਾਂ ਦੀ ਗੱਲ ਬਣਦੀ ਹੈ। ਜੇ 3 ਪੀ ਲਏ ਤਾਂ ਪ੍ਰਾਹੁਣ ਦੇਸ਼ ਕਰਜਾਈ ਹੋਣ ਲੱਗਾ। ਉਹਨਾਂ ਖਾਣਾ ਪੀਣਾ ਸਾਰੀਆਂ ਸਹੂਲਤਾਂ ਪੂਰੀਆਂ ਦਿੱਤੀਆਂ ਜਾਣ, ਫਿਰ ਜਾ ਕੇ ਗੱਡੀ ਚੱਲਣੀ ਹੈ। ਇੱਦਾਂ ਦਾ ਕੋਈ ਗੱਡੀ ਨਹੀਂ ਚੱਲਣੀ ਹੈਗੀ ਜੋ ਤੁਹਾਡੇ ਕੰਮ ਹੈਗੇ ਨੇ। ਮੈਨੂੰ ਜਾਣੀ ਕਿ ਦੁੱਖ ਹੁੰਦਾ, ਤੇ ਆਰਮੀ ਦਾ ਜਿਹੜਾ ਆਪਣੇ ਬਜਟ ਉਹਦਾ ਪੂਰਾ ਕਰਿਆ ਕਰੋ ਤੁਸੀਂ, ਤੇ ਲੜਨ ਲੱਗੇ ਹੋ ਉਹਦੇ ਨਾਲ ਲੜ ਪੈਣਾ, ਕਿਸੇ ਨਾਲ ਨਹੀਂ ਲੜ ਹੋਣਾ ਤੁਹਾਡੇ ਕੋਲ। ਆ ਸਿੱਖਾਂ ਨੂੰ ਪੰਪ ਦੇ ਦਿੱਤਾ, ਮੋਹਰੇ ਇਹ ਫੂਕ ਵਿੱਚ ਆ ਜਾਂਦੇ ਆ, ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ, ਅਸੀਂ ਕੁਰਬਾਨੀਆਂ ਦਿੱਤੀਆਂ। ਉਹ ਕੁਰਬਾਨੀਆਂ ਦੇਣ ਦੇ ਕੰਮ ਆਏ ਤੁਸੀਂ, ਹੋਰ ਤਾਂ ਕੋਈ ਮਕਸਦ ਹੀ ਨਹੀਂ ਗਾ। ਪੰਪ ਵਿੱਚ ਆ ਗਏ, ਕੁਰਬਾਨੀਆਂ ਦੇ ਦਿੱਤੀਆਂ, ਤੇ ਇਹਨਾਂ ਤੋਂ ਦੁਆ ਲਓ ਹੁਣ ਕੁਰਬਾਨੀਆਂ ਇਹ ਦੇਣ। ਠੀਕ ਹੈ, ਚਲੋ ਜੀ, ਤਹਿ ਦਿਲ ਤੋਂ ਧੰਨਵਾਦ ਹੈ ਮੈਂ ਸਾਰੇ ਆਪਣੇ ਬੰਦਿਆਂ ਦਾ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ, ਤੇ ਬਹੁਤ ਦੁੱਖ ਹੁੰਦਾ ਮੈਨੂੰ ਜਾਣੀ ਕਿ 4 ਸਾਡੇ ਪੰਜਾਬ ਦੇ ਬੰਦੇ ਸ਼ਹੀਦ ਹੋਏ ਆ। ਠੀਕ ਆ ਜੀ, ਚਲੋ ਮੇਰੇ ਕੋਲ ਪੈਸੇ ਹੈ ਨਹੀਂ ਗੇ, ਮੈਨੂੰ ਪਰੇਸ਼ਾਨ ਬਹੁਤ ਕਰਦੇ ਨੇ ਬੰਦੇ, ਬਹੁਤ ਜ਼ਿਆਦਾ ਪ੍ਰੋਬਲਮ ਦੇ ਰਹੇ ਨੇ। ਮੇਰੀ ਵੱਲੋਂ ਮੈਂ 25-25 ਹਜ਼ਾਰ ਰੁਪਏ ਦੀ ਹੈਲਪ ਕਰ ਸਕਦਾ 4 ਬੰਦਿਆਂ ਦੀ। ਇਹ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ, ਫੈਮਿਲੀ ਕੋਈ ਵੀ ਕੰਟੈਕਟ ਕਰ ਸਕਦੀ ਆ, ਮੈਂ ਇਹਨਾਂ ਨੂੰ 25-25 ਹਜ਼ਾਰ ਰੁਪਈਆ ਜਾਣੀ ਕਿ ਦੇ ਸਕਦਾ, ਕਿ ਉਹ ਬੰਦੇ ਦਾ ਇੱਥੇ ਇੱਦਾਂ ਦੇ ਬੰਦੇ ਬਾਹਰ ਵੀ ਹੈਗੇ ਆ, ਹੈ ਕੰਮ ਕਰਨ ਆਏ ਵਾ ਬਾਹਰ, ਕਰੋੜਾਂ ਰੁਪਈਆ ਇਹਨਾਂ ਕੋਲ। ਮੈਨੂੰ ਤਾਂ ਕਿਸੇ ਬੰਦੇ ਨੇ ਕਿਹਾ ਭਾਈ ਸਾਹਿਬ ਜੀ ਤੁਹਾਡੀ ਮਦਦ ਕਰਦੇ ਜੇ ਤੁਸੀਂ ਇੰਡੀਆ ਵਿੱਚ ਕਰਦੇ ਆ, ਤੇ ਅਸੀਂ ਥੋੜੀ ਬਹੁਤ ਹੈਲਪ ਕਰਦੇ ਹਾਂ, ਅੱਜ ਤੱਕ ਕਿਸੇ ਬੰਦੇ ਨੇ ਮੈਨੂੰ ਕਿਹਾ ਹੈਗਾ। ਤੇ ਮੈਂ ਵਰਕਰ ਹੋਣ ਕਰਕੇ ਵੀ ਬਹੁਤ ਬੰਦਿਆਂ ਦੀ ਹੈਲਪ ਕੀਤੀ ਹੈ, ਤੇ ਮੈਂ ਇਹਨਾਂ ਦੀ ਵੀ ਮੈਂ ਹੈਲਪ ਕਰਾਂਗਾ ਜਿੰਨੀ ਹੋ ਸਕਦੀ। ਕੋਈ ਬੰਦਾ ਹੋਰ ਹੈਗਾ ਉਹ ਵੀ ਕਰ ਲਵੇ, ਕੋਈ ਲੱਖ ਲੱਖ ਵਾਲੇ ਬੰਦੇ ਹੈਗੇ ਉਹ ਕਰ ਦੇਣ, ਠੀਕ ਹੈ, ਤੇ ਕੈਪਟਨ ਹੈਗਾ ਉਹ ਕਰ ਦੇਵੇ, ਠੀਕ ਹੈ। ਇਹਨਾਂ ਦਾ ਘਪੜਾ ਹੀ ਕਰਨੇ, ਇਹਨਾਂ ਨੇ ਕੀ ਹੈਲਪਾਂ ਕਰਨੀਆਂ? ਇਹ ਤਾਂ ਫੰਡ ਚੋਰ ਬੰਦੇ ਨੇ, ਇਹ ਨਹੀਂ ਕਰ ਸਕਦੇ ਹੈਲਪਾਂ। ਤੇ ਹੋਰ ਮੈਨੂੰ ਕੋਈ ਪਰੇਸ਼ਾਨ ਨਾ ਕਰੇ, ਕਈ ਜਨਾਨੀਆਂ ਪਰੇਸ਼ਾਨ ਕਰਦੀਆਂ, ਅਸੀਂ ਸੰਸਥਾ ਚਲਾਉਣੀ ਆ, ਸਾਡੀ ਹੈਲਪ ਕਰੋ। ਬਾਅਦ ਦੇ ਵਿੱਚ ਚੌਥੇ ਦਿਨ ਉਹ ਪੈਸੇ ਲੱਭ ਪੈਂਦੀਆਂ ਮੰਗਣ, ਸਾਡੀ ਕੁੜੀ ਦੀ ਫੀਸ ਰੁਕੀ ਉਹ, ਹੈਂ ਕੋਈ ਅਮੈਰੀਕਾ ਤੋਂ ਜਨਾਨੀਆਂ ਆਈਆਂ, ਉਹ ਜੀ ਸਾਨੂੰ ਟਰੈਕਟਰ ਹੀ ਲੈ ਦਿਓ, ਅਮੈਰੀਕਾ ਦੀ ਕਰੋਨਾ ਆਉਣ ਕਰਕੇ ਸਾਨੂੰ ਪ੍ਰੋਬਲਮ ਬਹੁਤ ਪਈ ਹੋ ਆ, ਤੇ ਤੁਹਾਡੇ ਅਮੈਰੀਕਾ ਵਿੱਚ ਰਿਸ਼ਤੇਦਾਰ ਹੋਰ ਹੈਣਗੇ, ਮੇਰੇ ਕੋਲ ਕਿਹੜਾ ਫੰਡ ਵਾ ਬਾਈ ਅਮੈਰੀਕਾ ਦਾ, ਸਾਊਦੀ ਅਰਬ ਦਾ? ਮੈਂ ਤਾਂ ਵਰਕਰ ਆਦਮੀ ਆ, ਥੋੜੀ ਬਹੁਤ ਹੈਲਪ ਕਰ ਦਿੱਤੀ ਤੇ ਚਲੋ ਕਰ ਦਿੱਤੀ, ਤੁਹਾਡੇ ਕੋਲ ਉਹ ਹੀ ਨਹੀਂ ਜਰੀ ਹੁੰਦੀ ਜਰ ਹੁੰਦੀ? ਜੇ ਕਿਸੇ ਲੇਡੀਜ਼ ਜਾਂ ਕਿਸੇ ਬੰਦੇ ਦੀ ਕੀਤੀ ਹੈ ਤੇ ਉਹ ਮਾੜੀ ਮੋਟੀ ਜਰ ਲਿਆ ਕਰੋ। ਕੋਈ ਕਹਿੰਦਾ ਕੰਮ ਤੇ ਲਵਾ ਦਿਓ, ਕੋਈ ਜਨਾਨੀ ਦਾ ਕੁੜੀ ਦਾ ਵਿਆਹ, ਕੋਈ ਆਹ ਅਸੀਂ ਆਹ ਕਰਨਾ ਆ, ਇਹ ਮੇਰੇ ਫੋਨ ਲੱਭਦੇ ਤੁਹਾਨੂੰ? ਮੇਰਾ ਅਕਾਊਂਟ ਤਾਂ ਤੁਹਾਨੂੰ ਦੱਸਿਆ ਨਹੀਂ ਕਿਸੇ ਨੂੰ, 5 ਕਰੋੜ ਬੰਦੇ ਦੇ ਵਿੱਚੋਂ, ਤੇ ਮੈਂ ਤੁਹਾਨੂੰ ਦੱਸ ਪੈਂਦਾ ਬਈ ਆਹ ਬੰਦਾ ਇਹ ਹੈਲਪਾਂ ਕਰਦਾ ਉਹ ਕਰਦਾ, ਠੀਕ ਹੈ। ਤੇ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਥੈਂਕ ਯੂ ਜੋ ਕਰਦਾ ਮੈਂ ਇੰਡੀਅਨ ਆਰਮੀ ਦਾ ਵੀ, ਜਿਹੜਾ ਚਲੋ ਲੜੀ ਤਾਂ ਹੈਗੀ ਆ ਨਾ, ਮਾੜੀ ਮੋਟਾ ਉਹਨਾਂ ਨੇ ਲੜਾਈ ਤਾਂ ਕੀਤੀ ਹੈ, ਪਰ ਸਾਡੇ ਮੰਤਰੀ ਉਹ ਸਾਥ ਦੇਣਗੇ ਤੇ ਤਾਂਹੀਓ ਗੱਲਬਾਤ ਬਣਦੀ ਆ। ਜਿਹੜੀ ਪਬਲਿਕ ਆ ਨਾਰੇ ਮਾਰਦੀ ਆ ਜਿੰਦਾਬਾਦ ਜਿੰਦਾਬਾਦ, ਇਸ ਕਰਕੇ ਗੱਡੀ ਨਹੀਂ ਚੱਲਣੀ ਹੈਗੀ, ਤੇ ਅਸੀਂ ਨਾਲ ਮੁਕਾਬਲਾ ਕਰ ਹੀ ਨਹੀਂ ਸਕਦੇ। ਠੀਕ ਹੈ, ਸਾਨੂੰ ਸਟਰੋਂਗ ਚਾਈਨਾ ਨਾਲ ਮੁਕਾਬਲਾ ਕਰਨਾ, ਕਿਸੇ ਕੰਟਰੀ ਨਾਲ ਮੁਕਾਬਲਾ ਕਰਨਾ, ਸਾਨੂੰ ਆਪਣਾ ਦੇਸ਼ ਸਟਰੋਂਗ ਬਣਾਉਣਾ ਚਾਹੀਦਾ। ਇਹ ਜਿੰਨੇ ਘਪਲੇਬਾਜ਼ ਲੀਡਰ ਹੈ ਇਹਨਾਂ ਨੂੰ ਅੰਦਰ ਕੀਤਾ ਜਾਣਾ ਚਾਹੀਦਾ, ਠੀਕ ਹੈ, ਤੇ ਤਾਂ ਜਾ ਕੇ ਕੰਮ ਚੱਲ ਸਕਦਾ। ਉੱਦਾਂ ਨਹੀਂ ਗਾ, ਸਾਨੂੰ ਫਾਰਮਾਂ ਬੜਬੜੀਆਂ ਲਾਉਣੀਆਂ ਪੈਣੀਆਂ, ਬਹੁਤ ਕੰਮ ਕਰਨੇ ਪੈਣੇ ਆ। ਆਹ ਪਿੰਡ ਉੱਦਾਂ ਦੇ ਹੀ ਆ ਜਿੱਦਾਂ ਦੇ 10-10 ਹਜ਼ਾਰ ਸਾਲ ਪਹਿਲਾਂ ਸੀਗੇ, ਉਹੀ ਪਿੰਡਾਂ ਦੀਆਂ ਸ਼ਕਲਾਂ ਆ, ਉਹੀ ਕਾਰੋਬਾਰ ਹੈ। ਕੋਈ ਇੰਡਸਟਰੀ ਲਾਉਣ ਬਾਰੇ ਸੋਚਦਾ ਨਹੀਂ ਗਾ, ਠੀਕ ਹੈ, ਕੋਈ ਇੰਡਸਟਰੀ ਲਾਓ, ਕੰਮ ਕਰੋ, ਇੰਨੀ ਇੰਡਸਟਰੀ ਲੱਗਣੀ ਆ, ਤੇ ਇੰਨਾ ਵੀ ਆਪਣੇ ਏਅਰ ਫੈਨ ਆਪਣੇ ਬਿਜਲੀ ਉਹ ਤੋਂ ਤਿਆਰ ਕਰੋ ਤੁਸੀਂ, ਲੱਖਾਂ ਹੀ
ਬੰਦਿਆਂ ਨੂੰ ਨੌਕਰੀ ਮਿਲਦੀ ਆ ਉਹਦੇ ਵਿੱਚ, ਠੀਕ ਹੈ, ਲੱਖਾਂ ਹੀ ਬੰਦਿਆਂ ਨੂੰ ਨੌਕਰੀ ਮਿਲੂਗੀ ਉਹਦੇ ਵਿੱਚ, ਕੋਈ ਕਰਦਾ ਹੀ ਕੋਈ ਨਹੀਂ ਗਾ ਹੈਗਾ। ਇਹਦੇ ਚੋਰ ਨੇ ਇਕੱਠੇ ਹੋਏ, ਇਹ ਜਿੰਨੇ ਹੈਗੇ ਨੇ ਚੋਰ ਬਹਿਰੂਪੀ ਹੈ ਬੰਦੇ ਨੇ, ਹੈ ਇਹਨਾਂ ਨੇ ਦੇਸ਼ ਤਬਾਹ ਕੀਤਾ ਪਿਆ ਤੇ ਅਸੀਂ ਲੜੇ ਨਹੀਂ ਸਕਦੇ, ਠੀਕ ਹੈ, ਅਸੀਂ ਤਾਂ ਝੂਠ ਫਰੇੜੀਏ ਬੰਦੇ ਆ, ਬਸ ਆਹ ਕੰਮ ਕਰਨ ਜੋਗੇ ਆ, ਅਸੀਂ ਲੜ ਹੀ ਨਹੀਂ ਸਕਦੇ ਇਹਨਾਂ ਨਾਲ, ਠੀਕ ਹੈ। ਜੇ ਸਾਡੀ ਸਰਕਾਰ ਚੰਗੀ ਹੋਵੇ, ਸਾਡੇ ਜਵਾਨਾਂ ਦੀ ਹੈਲਪ ਕਰੇ, ਸਾਡੇ ਨਾਗਰਿਕਾਂ ਦੀ ਹੈਲਪ ਕਰੇ, ਸਾਡੇ ਨਾਗਰਿਕਾਂ ਨੂੰ ਨੌਕਰੀ ਦਿੱਤੀ ਜਾਵੇ, ਇਹ ਇਹਨਾਂ ਦਾ ਫਾਇਦਾ ਕੀ ਹੈ? ਕਿਹੜੀ ਇਹ ਨੌਕਰੀ ਦਿੰਦੇ ਆ, ਕਿਹੜੀ ਇਹ ਹੈਲਪ ਕਰਦੇ? ਜੋ ਉੱਤੋਂ ਫੰਡ ਆਇਆ ਸਾਰਾ ਸਾਲ ਆਪਣੇ ਆਪ ਹੀ ਆਪਣੇ ਅਕਾਊਂਟਾਂ ਵਿੱਚ ਪਾ ਲਿਆ। ਇਹੋ ਜਿਹੇ ਬਹਿਰੂਪੀਆਂ ਦਾ ਸਾਲਿਆਂ ਨੂੰ ਸ਼ਰਿਆਂ ਗੋਲੀ ਮਾਰ ਦੇਣੀ ਚਾਹੀਦੀ ਹੈ। ਚਾਈਨਾ ਵਾਲਿਆਂ ਨੇ ਮਾਰੀ ਸੀਗੀ ਤੇ ਤਾਂ ਉੱਥੇ ਇੱਥੇ ਤੱਕ ਪਹੁੰਚੇ ਆ। ਉਹਨਾਂ 20 ਸਾਲਾਂ ਵਿੱਚ ਇਹ ਘਪਲੇ ਜਿਹੜੇ ਨੇ ਵੀ ਕੀਤੇ ਆ ਬੰਦਿਆਂ ਨੇ, ਉਹਨਾਂ ਗੱਡੀ ਚਾੜੇ ਆ ਤੇ ਤਾਂ ਜਾ ਕੇ ਸਟਰੋਂਗ ਹੋਈ ਆ, ਠੀਕ ਹੈ। ਤੇ ਉਹਨਾਂ ਦੇ ਏਅਰਪੋਰਟ ਵੀ ਦੇਖ ਲਓ, ਆਪਣੇ ਜਿੱਡੇ ਰੇਲਵੇ ਸਟੇਸ਼ਨ ਨੇ ਇਦਾਂ ਦੇ, ਉਹਨਾਂ ਦੇ ਏਅਰਪੋਰਟ ਦੇਖੋ ਜਿੱਦਾਂ ਦੇ ਸਾਡੇ ਏਅਰਪੋਰਟ ਆ ਉਦਾਂ ਦੇ ਉਹਨਾਂ ਦੇ ਰੇਲਵੇ ਸਟੇਸ਼ਨ ਨੇ, ਠੀਕ ਹੈ। ਸਾਡੇ ਉਹੀ ਅੰਗਰੇਜ਼ਾਂ ਵਾਲੇ ਰੇਲਵੇ ਸਟੇਸ਼ਨ ਹੈ, ਉਹੀ ਟ੍ਰੇਨਾਂ ਆ, ਉਹਨਾਂ ਦੀ ਹਰ ਬੁਲਟ ਟ੍ਰੇਨ ਹੈ, ਸਾਡੇ ਕੋਲ ਟ੍ਰੇਨ ਹੈ, ਬੁਲਟ ਟ੍ਰੇਨ ਹੈ, ਉਹੀ ਪੁਰਾਣੇ ਇੰਜਣ ਉਹੀ ਤੋਰੀ ਜਾਂਦੇ, ਡੱਬੇ ਤੁਰੇ ਵਾ ਹੈ ਲੈ ਕੇ, ਬਸ ਉੱਤੇ ਬੰਦੇ ਥੱਲੇ ਬੰਦੇ ਆ ਬੈਠੇ ਆ ਜੀ। ਸਾਡਾ ਦੇਸ਼ ਮਹਾਨ ਦੇਸ਼ ਹੈ, ਫਲਾਨਾ ਦੇਸ਼ ਹੈ, ਆਹ ਹੋਰ। ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਓਕੇ, ਬਾਏ ਬਾਏ। ਤੈਨੂੰ ਧੰਨਵਾਦ ਕਰਦਾ ਪੂਰੇ ਵਰਲਡ ਦਾ।